40 ਕਰੋੜ ਘਪਲੇ ਦੇ ਮੁਲਜ਼ਮ ਆਪ ਵਿਧਾਇਕ ਨੂੰ VVIP ਟ੍ਰੀਟਮੈਂਟ ਦੇਣ ਦੇ ਇਲਜ਼ਾਮ ਲੱਗੇ ਨੇ ਜੀ। ਹਾਂ, ਜੇਲ੍ਹ ਦੀ ਥਾਂ 11 ਮਈ ਤੋਂ ਰਜਿੰਦਰਾ ਹਸਪਤਾਲ ਦੇ AC ਵਾਰਡ ਦੇ ਵਿੱਚ ਭਰਤੀ ਹੈ ਜਸਵੰਤ ਸਿੰਘ ਗੱਜਣਮਾਜਰਾ। ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਸਵਾਲ ਚੁੱਕੇ ਨੇ, ਕਿਹਾ ਕਿ ਕੌਮ ਦੀ ਲੜਾਈ ਲੜਨ ਵਾਲੇ ਬੰਦੀ ਸਿੰਘ ਫਾਂਸੀ ਚੱਕੀਆਂ ਦੇ ਵਿੱਚ ਬੰਦ ਨੇ, ਚੋਰੀ ਅਤੇ 420 ਕਰਨ ਵਾਲੇ ਜੇਲ੍ਹ ਦੀ ਥਾਂ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ। ਅਜਿਹਾ ਜ਼ਿਕਰ ਬਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ, ਖਾਸ ਤੌਰ ਦੇ ਉੱਤੇ ਸੂਬੇ ਦੀ ਮਾਨ ਸਰਕਾਰ ਨੂੰ ਉਹਨਾਂ ਦੇ ਵੱਲੋਂ ਘੇਰਿਆ ਗਿਆ। ਇਸ ਤੋਂ ਇਲਾਵਾ RTI ਐਕਟਿਵਿਸਟ ਮਾਨਿਕ ਗੋਇਲ ਨੇ ਵੀ ਟਵੀਟ ਕਰਕੇ ਜੇਲ੍ਹ ਮੰਤਰੀ ਭਗਵੰਤ ਮਾਨ ਨੂੰ ਘੇਰਿਆ। 40 ਕਰੋੜ ਰੁਪਏ ਦੇ ਬੈਂਕ ਘਪਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਸਵੰਤ ਸਿੰਘ ਗੱਜਣਮਾਜਰਾ ਨੂੰ। ਤਾਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਐਕਸ ਦੇ ਉੱਤੇ ਟਵੀਟ ਕਰਦਿਆਂ ਲਿਖਿਆ ਗਿਆ ਕਿ ਬਦਲਾਅ ਵਾਲੀ ਸਰਕਾਰ ਦੇ MLA ਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਬਜਾਏ ਹਸਪਤਾਲਾਂ ਦੇ ਵਿੱਚ ਰੱਖ ਕੇ VVIP ਟ੍ਰੀਟਮੈਂਟ ਦਿੱਤਾ ਜਾ ਰਿਹਾ। ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਆਮ ਇਨਸਾਨ ਹੋਵੇ ਤਾਂ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ, ਜਦਕਿ ਆਪਣੇ ਧੋਖਾਧੜੀ ਦੇ ਕੇਸਾਂ ਦੇ ਵਿੱਚ ਬੰਦ ਵਿਧਾਇਕਾਂ ਨੂੰ AC ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਆਪ MLA ਜਸਵੰਤ ਗੱਜਣਮਾਜਰਾ 40 ਕਰੋੜ ਦੀ ਬੈਂਕ ਦੀ ਠੱਗੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਪਰ ਅਖੌਤੀ ਆਮ ਆਦਮੀ ਨੂੰ ਬਹੁਤ ਹੀ ਖਾਸ ਸਹੂਲਤਾਂ ਮਿਲ ਰਹੀਆਂ ਨੇ। ਜਨਾਬ, ਜੇਲ੍ਹ ਦੇ ਵਿੱਚ ਰਹਿਣ ਦੀ ਬਜਾਏ ਰਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਭਰਤੀ ਰਹੇ ਅਤੇ ਹੁਣ 7 ਜੂਨ ਤੋਂ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਨੇ। ਵਰਣਨਯੋਗ ਹੈ ਕਿ ਇਹ ਦੋਵੇਂ ਵਾਰਡ ਸੁਪਰ ਸਪੈਸ਼ਲਿਟੀ ਬ੍ਰਾਂਚ ਅਧੀਨ ਹਨ ਅਤੇ ਦੋਵੇਂ ਹੀ ਡਿਪਾਰਟਮੈਂਟ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਨੇ, ਜਿਵੇਂ ਕਿ ਵਧੀਆ ਕਮਰਾ ਅਤੇ AC ਦੀ ਸਹੂਲਤ ਉਪਲਬਧ ਹੈ। ਮੁੱਖ ਮੰਤਰੀ ਸਾਹਿਬ ਇਹ ਦੱਸਣ ਦੀ ਖੇਚਲ ਕਰਨਾ ਕਿ ਕੌਮ ਦੀ ਲੜਾਈ ਲੜਦੇ ਬੰਦੀ ਸਿੰਘ ਤਾਂ ਫਾਂਸੀ ਵਾਲੀਆਂ ਚੱਕੀਆਂ ਦੇ ਵਿੱਚ ਬੰਦ ਨੇ ਅਤੇ ਇਹ ਚੋਰ ਅਤੇ 420 ਕਰਨ ਵਾਲੇ ਜੇਲ੍ਹ ਦੇ ਵਿੱਚ ਰਹਿਣ ਦੀ ਬਜਾਏ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਇੰਟਰਵਿਊ ਆਈਆਂ ਸਨ। ਹੁਣ ਆਪ ਦੇ MLA ਦਾ ਤੁਹਾਡੇ ਸਾਹਮਣੇ ਸੱਚ ਆ ਗਿਆ। ਬਦਲਾਅ ਵਾਲਿਆਂ ਦਾ ਕਈ ਵਾਰ ਜੇਲ੍ਹਾਂ ਦੇ ਵਿੱਚੋਂ ਵੀਡੀਓ ਆ ਚੁੱਕਿਆ ਨੇ ਅਤੇ ਜੇਲ੍ਹ ਦੇ ਵਿੱਚ ਸ਼ਰੇਆਮ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਤਾਂ ਮਾਨਿਕ ਗੋਇਲ ਦੇ ਵੱਲੋਂ ਜ਼ਿਕਰ ਕੀਤਾ ਗਿਆ, ਪੰਜਾਬ ਦੇ ਵਿੱਚ ਬਹੁਤ ਅਜੀਬ ਗੱਲਾਂ ਹੋ ਰਹੀਆਂ ਨੇ ਕਿ ਉਹ ਅਮਰਗੜ੍ਹ ਤੋਂ ਆਪ ਵਿਧਾਇਕ ਜਸਵੰਤ ਗੱਜਣਮਾਜਰਾ ਹਨ, ਉਹ 40 ਕਰੋੜ ਦੇ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਨੇ। ਹਾਲਾਂਕਿ ਉਹ ਜੇਲ੍ਹ ਦੇ ਵਿੱਚ ਨਹੀਂ ਰਹਿ ਰਿਹਾ, ਉਹ ਪਿਛਲੇ 31 ਦਿਨਾਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਏਅਰ ਕੰਡੀਸ਼ਨ ਕਮਰੇ ਦੇ ਵਿੱਚ ਰਹਿ ਰਿਹਾ ਹੈ। ਉਸਨੂੰ 11 ਮਈ ਨੂੰ ਕਾਰਡੀਓਲੋਜੀ ਵਿਭਾਗ ਦੇ ਵਿੱਚ ਲਿਆਂਦਾ ਗਿਆ ਸੀ, ਪਰ 6 ਜੂਨ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ ਕਿਉਂਕਿ ਡਾਕਟਰਾਂ ਦੇ ਕੋਲ ਸਿਹਤ ਕਾਰਨਾਂ ਕਰਕੇ ਉਸਨੂੰ ਹਸਪਤਾਲ ਦੇ ਵਿੱਚ ਰੱਖੇ ਜਾਣ ਦੀ ਕੋਈ ਜਾਇਜ਼ ਵਜ੍ਹਾ ਨਹੀਂ ਸੀ। ਅਜੀਬ ਗੱਲ ਹੈ ਕਿ ਅਗਲੇ ਹੀ ਦਿਨ 7 ਜੂਨ ਨੂੰ ਉਸਨੂੰ ਇੱਕ ਹੋਰ ਵਿਭਾਗ ਯੂਰੋਲੋਜੀ ਵਿਭਾਗ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਰਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਪਰ ਸਪੈਸ਼ਲਿਟੀ ਸ਼ਾਖਾ ਦੇ ਵਿੱਚ ਕਾਰਡੀਓਲੋਜੀ ਅਤੇ ਯੂਰੋਲੋਜੀ ਦੋਵੇਂ ਅਜਿਹੇ ਵਿਭਾਗ ਨੇ ਜੋ ਕਿ ਏਅਰ ਕੰਡੀਸ਼ਨ ਹਨ, ਜਦੋਂ ਕਿ ਬਾਕੀ ਹਸਪਤਾਲ ਦੇ ਵਾਰਡ AC ਨਹੀਂ ਹਨ। ਸੋ ਪਿਆਰੇ CM ਭਗਵੰਤ ਮਾਨ ਜੀ, ਕਿਉਂਕਿ ਤੁਹਾਡੇ ਕੋਲ ਜੇਲ੍ਹ ਵਿਭਾਗ ਵੀ ਹੈ ਅਤੇ ਹੁਣ ਨਿਆਇਕ ਹਿਰਾਸਤ ਦੇ ਵਿੱਚ ਤੁਹਾਡੇ ਵਿਧਾਇਕ ਨੂੰ ਦਿੱਤੀ ਜਾ ਰਹੀ ਇਸ VVIP ਟ੍ਰੀਟਮੈਂਟ ਦੀ ਜਾਂਚ ਕੌਣ ਕਰੇਗਾ? ਤਾਂ ਸਵਾਲ ਮਾਨਿਕ ਗੋਇਲ ਦੇ ਵੱਲੋਂ ਵੀ ਟਵੀਟ ਕਰਕੇ ਚੁੱਕੇ ਗਏ ਨੇ।
ਤਾਂ ਅਮਰਗੜ੍ਹ ਤੋਂ ਆਪ ਵਿਧਾਇਕ ਗੱਜਣ ਮਾਜਰਾ ਤੇ ਇਲਜ਼ਾਮ ਕੀ ਨੇ 2011 ਤੋਂ 14 ਦੇ ਵਿੱਚ ਬੈਂਕ ਲੋਨ ਦੇ ਨਾਂ ਤੇ 40 ਕਰੋੜ ਦਾ ਘਪਲਾ ਕੀਤਾ। ਇਹ ਇਲਜ਼ਾਮ ਗੱਜਣ ਮਾਜਰਾ ਤੇ ਨੇ। ਮਈ 2023 ਦੇ ਵਿੱਚ ਗੱਜਣ ਮਾਜਰਾ ਦੇ ਟਿਕਾਣਿਆਂ ਤੇ CBI ਨੇ ਛਾਪਾ ਮਾਰਿਆ ਸੀ। 6 ਨਵੰਬਰ 2023 ਨੂੰ ED ਨੇ ਗੱਜਣ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ। ਪਿਛਲੇ ਸਾਲ ਦਾ ਜ਼ਿਕਰ ਹੈ ਤਾਂ ਗੱਜਣ ਮਾਜਰਾ ਦੇ ਉੱਤੇ ਇਲਜ਼ਾਮ ਨੇ। ਸੁਪਰੀਮ ਕੋਰਟ ਦੇ ਵਿੱਚ ED ਨੇ ਗ੍ਰਿਫਤਾਰੀ ਨੂੰ ਜਾਇਜ਼ ਅੰਤਰਿਮ ਜ਼ਮਾਨਤ ਦਾ ਵਿਰੋਧ ਵੀ ਕੀਤਾ। ਵਿਧਾਇਕ ਦੇ ਵੱਲੋਂ ਜਵਾਬ ਦਾਖਲ ਕਰਨ ਦੇ ਵਿੱਚ ਦੇਰੀ ਕਾਰਨ ਸੁਪਰੀਮ ਕੋਰਟ ਨੇ 18 ਜੂਨ ਨੂੰ ਸੁਣਵਾਈ ਪਾਈ ਸੀ। ਪਿਛਲੇ 1 ਮਹੀਨੇ ਤੋਂ ਨਿਆਇਕ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ ਹਸਪਤਾਲ ਦੇ ਵਿੱਚ ਭਰਤੀ ਹੈ ਜਸਵੰਤ ਸਿੰਘ ਗੱਜਣ ਮਾਜਰਾ। ਤਾਂ ਸਾਲ 2011 ਤੋਂ 14 ਤੱਕ ਬੈਂਕ ਲੋਨ ਦਾ ਦੇ ਨਾਂ ਦੇ ਉੱਤੇ 40 ਕਰੋੜ ਦੇ ਘਪਲੇ ਦੇ ਮਾਮਲੇ ਦੇ ਵਿੱਚ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਗ੍ਰਿਫਤਾਰ ਕੀਤਾ ਹੋਇਆ। ਤਾਂ ਖਾਸ ਤੌਰ ਦੇ ਉੱਤੇ ਜਸਵੰਤ ਸਿੰਘ ਗੱਜਣ ਮਾਜਰਾ ਜੋ ਫਿਲਹਾਲ ਹਸਪਤਾਲ ਦੇ ਵਿੱਚ ਨੇ, ਤਾਂ ਇਸ ਨੂੰ ਲੈ ਕੇ ਪੂਰਾ ਘਟਨਾਕ੍ਰਮ ਦੱਸ ਰਿਹਾ ਕਿ ਜਸਵੰਤ ਸਿੰਘ ਗੱਜਣ ਮਾਜਰਾ ਦੇ ਉੱਤੇ ਕੀ ਇਲਜ਼ਾਮ ਨੇ ਅਤੇ ਕਿਵੇਂ ਉਸ ਨੂੰ ਲੈ ਕੇ ਹੁਣ ਸਿਆਸੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣ ਮਾਜਰਾ ਉੱਤੇ ਜਿਸ ਕਦਰ ਜਿਹੜੇ ਨੇ ਇਲਜ਼ਾਮ ਲੱਗ ਰਹੇ, ਉਹਨੂੰ BBIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ, ਉਸ ਉੱਤੇ ਵੱਡੇ ਸਵਾਲ ਜਿਹੜੇ ਖੜੇ ਹੋਏ ਨੇ। ਰਜਿੰਦਰਾ ਹਸਪਤਾਲ 'ਚ 31 ਦਿਨਾਂ ਤੋਂ ਦਾਖਲ ਨੇ। ਸਾਡੇ ਨਾਲ ਅਰਸ਼ਦੀਪ ਕਲੇਰ ਮੌਜੂਦ ਨੇ, ਗੱਲਬਾਤ ਕਰਦੇ। ਕਲੇਰ ਸਾਹਿਬ, ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ? ਦੇਖੋ, ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਨੇ ਦੇਸ਼ ਦੀ ਪੋਲੀਟੀਕਲ ਪਾਰਟੀਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ, ਤੇ ਜਦੋਂ ਆਪਣੀਆਂ ਸਰਕਾਰਾਂ ਚਾਹੇ ਉਹ ਦਿੱਲੀ 'ਚ ਬਣੀਆਂ ਹੋਣ, ਪੰਜਾਬ ਦੇ ਵਿੱਚ ਬਣੀਆਂ ਹੋਣ, ਤਾਂ ਚਾਹੇ ਨੈਤਿਕ ਕਦਰ ਕੀਮਤਾਂ ਹੋਣ, ਚਾਹੇ ਭ੍ਰਿਸ਼ਟਾਚਾਰ ਹੋਵੇ, ਚਾਹੇ ਇਨਸਾਨੀਅਤ ਹੋਵੇ, ਇਹ ਤਿੰਨਾਂ ਨੂੰ ਸ਼ਰਮਸਾਰ ਕੀਤਾ। ਪਹਿਲਾਂ ਤਿਹਾੜ ਜੇਲ੍ਹ 'ਚੋਂ ਇਹਨਾਂ ਦੇ ਮੰਤਰੀ ਜੈਨ ਦੀ ਵੀਡੀਓ ਸਾਹਮਣੇ ਆਈ ਸੀ ਕਿਸ ਤਰੀਕੇ ਅੰਦਰ ਮਾਲਸ਼ਾਂ ਚੱਲ ਰਹੀਆਂ ਸੀ, ਔਰ ਹੁਣ ਪੰਜਾਬ ਦੇ ਵਿੱਚ ਦੇਖੋ ਜਿਹੜੇ ਲੋਕਾਂ ਨੂੰ ਪਾਠ ਪੜਾਉਂਦੇ ਸੀ, ਜਿਹੜੇ VIP ਕਲਚਰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ, ਅੱਜ VIP ਕਲਚਰ ਦੀਆਂ ਹੱਦਾਂ ਟੱਪੀ ਬੈਠੀ ਹੈ ਆਮ ਆਦਮੀ ਪਾਰਟੀ, ਚਾਹੇ ਸਿਕਿਉਰਿਟੀ ਹੋਵੇ, ਚਾਹੇ ਕੋਠੀਆਂ ਹੋਣ, ਤੇ ਹੁਣ ਭ੍ਰਿਸ਼ਟਾਚਾਰ ਕਰਕੇ ਜਿਹੜੇ ਜੇਲ੍ਹਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਵੀ VIP ਟ੍ਰੀਟਮੈਂਟ, ਜੇਲ੍ਹ ਦੇ ਵਿੱਚੋਂ ਰੈਫਰ ਕਰਾ ਕੇ ਹਸਪਤਾਲ 'ਚ AC ਕਮਰਿਆਂ 'ਚ ਪਾਇਆ ਜਾਂਦਾ। ਹੁਣ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਕਿ ਗੱਜਣ ਮਾਜਰਾ ਸਾਹਿਬ ਕਦ ਲਈ ਜੇਲ੍ਹ 'ਚ ਬੰਦ ਹੈ ਕਿ ਉਹਨਾਂ ਨੇ ਕਰੋੜਾਂ ਰੁਪਈਏ ਦੀ, ਆਈ ਥਿੰਕ 50-60 ਕਰੋੜ ਰੁਪਏ ਦੀ ਠੱਗੀ ਉਹਨਾਂ ਨੇ ਫਰੌਡ ਕੀਤਾ, ਉਹਦੇ ਕਰਕੇ ਜੇਲ੍ਹ ਦੇ ਵਿੱਚ ਨੇ, ਤੇ ਉਹਨਾਂ ਨੂੰ ਉੱਥੋਂ ਲਿਆ ਕੇ ਹਸਪਤਾਲਾਂ ਦੇ ਵਿੱਚ VIP ਟ੍ਰੀਟਮੈਂਟ ਦੇ ਵਿੱਚ ਰੱਖਣਾ, ਇਹ ਤੇ ਜਵਾਬਦੇਹੀ ਕਿਹਦੀ ਹੈ? ਮੁੱਖ ਮੰਤਰੀ ਭਗਵੰਤ ਮਾਨ ਦੀ ਹੈ, ਪਰ ਮੁੱਖ ਮੰਤਰੀ ਬੋਲ ਨਹੀਂ ਸਕਦੇ ਕਿਉਂਕਿ ਅੱਜ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹਮਾਮ 'ਚ ਸਾਰੇ ਹੀ ਨੰਗੇ ਨੇ। ਮੁੱਖ ਮੰਤਰੀ ਦੇ ਆਪਦੇ ਪਰਿਵਾਰ ਦੇ ਉੱਤੇ VIP ਕਲਚਰ ਨੂੰ ਲੈ ਕੇ ਇਲਜ਼ਾਮ ਨੇ, ਸਰਕਾਰ ਦੇ ਉੱਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਇਲਜ਼ਾਮ ਨੇ, ਉਹੀ ਕੁਛ ਹੁਣ MLA ਕਰ ਰਹੇ ਨੇ, ਉਹੀ ਕੁਛ ਮੰਤਰੀ ਕਰ ਰਹੇ ਨੇ। ਸੋ ਪੰਜਾਬ ਅੱਜ ਇਹ ਸਾਰੀਆਂ ਚੀਜ਼ਾਂ ਦੇਖ ਰਿਹਾ। ਹੁਣ ਸਾਹਮਣੇ ਆਉਣ ਇਹਨਾਂ ਦੇ ਜੇਲ੍ਹ ਮੰਤਰੀ ਵੀ ਤੇ ਮੁੱਖ ਮੰਤਰੀ ਵੀ, ਇਸ ਸਥਿਤੀ ਤੇ ਆਪਣਾ ਸਪਸ਼ਟ ਕਰਨ ਕਿ ਇਹ VIP ਟ੍ਰੀਟਮੈਂਟ ਕਿਸ ਅੰਡਰ ਟੇਬਲ ਜਿਹੜੀ ਕੋਈ ਡੀਲ ਹੋਈ ਹੈ, MLA ਨੂੰ ਕਿਉਂ ਦਿੱਤਾ ਜਾ ਰਿਹਾ, ਸਾਰਿਆਂ ਨੂੰ ਦੱਸਣ। ਸੋ ਇਹ ਬਹੁਤ ਵੱਡੇ ਮੈਨੂੰ ਲੱਗਦਾ ਕਿ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ, ਤੇ ਏਜੰਸੀਆਂ ਨੂੰ ਵੀ, ਮੈਂ ਕਹਿੰਦਾ ਕੇਂਦਰੀ ਏਜੰਸੀਆਂ ਵੀ ਇਹ ਤੇ ਦੇਖਣ ਤੇ ਆ ਕੇ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਲਾਅ ਐਂਡ ਆਰਡਰ ਦਾ ਬੁਰਾ ਨਹੀਂ। ਗੱਜਣ ਮਾਜਰਾ ਨੂੰ ਫੌਰਨ ਤੌਰ ਤੇ ਮੈਨੂੰ ਲੱਗਦਾ ਕਿ ਉੱਥੋਂ ਹਸਪਤਾਲ 'ਚੋਂ ਜੇਲ੍ਹ ਭੇਜਣਾ ਚਾਹੀਦਾ, ਔਰ ਜਿਹੜੇ ਅਫਸਰ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਬਹੁਤ ਬਹੁਤ ਧੰਨਵਾਦ ਅਰਸ਼ਦੀਪ। ਕਲੇਅਰ ਸੀਗੇ ਜਿਹੜੇ ਸਾਡੇ ਨਾਲ ਚਰਚਾ ਕਰ ਰਹੇ ਸੀ ਗੱਜਣ ਮਾਜਰਾ ਨੂੰ ਲੈ ਕੇ, ਜਿਸ ਤਰੀਕੇ ਨਾਲ VIP ਟ੍ਰੀਟਮੈਂਟ ਗੱਜਣ ਮਾਜਰਾ ਨੂੰ ਮਿਲ ਰਿਹਾ, ਉਸ ਉੱਤੇ ਸਵਾਲ ਜਿਹੜੇ ਉਹ ਜ਼ਰੂਰ ਖੜੇ ਹੋਏ ਕਿ ਮਾਨਿਕ ਗੋਇਲ ਦੇ ਇੱਕ ਜਿਹੜਾ ਟਵੀਟ ਹੈ ਉਸਨੇ ਹੀ ਜਿਹੜੀ ਇਹ ਸਾਰੀ ਸੱਚਾਈ ਸਾਹਮਣੇ ਲਿਆਂਦੀ ਹੈ। ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ, PTC ਨਿਊਜ਼, ਚੰਡੀਗੜ੍ਹ।